ਸਾਰੇ ਇਹਨਾਂ ਦੀ ਪੋਲੀਟਿਕਸ ਆਪਸ ਵਿੱਚ ਹੀ ਚੱਲ ਰਹੀ ਆ ਵੀ ਇਹ ਆਪਣਾ ਹੀ ਫਾਇਦਾ ਸੋਚ ਰਿਹਾ ਸਾਰੇ ਵੀ ਉਹਦੇ ਵਿੱਚ ਲੋਕਾਂ ਦਾ ਫਾਇਦਾ ਨਹੀਂ ਸੋਚ ਰਿਹਾ ਹੈਗਾ। ਕੀ ਲੱਗਦਾ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਉਹ ਪੂਰੇ ਹੋ ਰਹੇ ਨੇ? ਦੇਖ ਹੀ ਰਿਹਾ ਸਭ ਨੂੰ ਕਿੰਨੇ ਕੁ ਪੂਰੇ ਹੋ ਰਹੇ ਨੇ। ਸਰਕਾਰਾਂ ਨੇ ਮਤਲਬ ਕਿਰਾਏ ਵਗੈਰਾ ਫ੍ਰੀ ਕੀਤੇ, ਬਟ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਸਾਨੂੰ ਮਤ ਕਿਰਾਏ ਮਿਨੀਮਮ ਕਰ ਦਿਓ, ਮਿਨੀਮਮ ਪ੍ਰਾਈਸ ਕਰ ਦਿਓ, ਬਟ ਇਹ ਕਿ ਬਿਲਕੁਲ ਵੀ ਫ੍ਰੀ ਨਹੀਂ ਹੋਣਾ ਚਾਹੀਦਾ। ਤੁਸੀਂ ਦੋਨਾਂ ਦਾ ਕਿਰਾਇਆ ਰੱਖੋ, ਉਹਨੂੰ ਹੀ ਘਟਾ ਦੋ ਕਿ ਪ੍ਰੋਪਰ ਸਾਰਿਆਂ ਨੂੰ ਬੈਨੀਫਿਟ ਵੀ ਰਹੇ ਕਿ ਹਾਂ ਅਸੀਂ ਕਿਤੇ ਵੀ ਈਜ਼ੀਲੀ ਪੜ੍ਹ ਸਕੀਏ ਜਾ ਸਕੀਏ। ਕਿਰਾਏ ਨੂੰ ਮਿਨੀਮਮ ਕਰ ਦੋ, ਫ੍ਰੀ ਤਾਂ ਨਹੀਂ ਕਰਨਾ ਚਾਹੀਦਾ। ਸੋ ਕੀ ਲੱਗਦਾ ਕਿ ਕਿਹੜੇ ਕਿਹੜੇ ਪਾਰਟੀਜ਼ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਹੁਣ ਤੱਕ ਜੋ ਵਾਅਦੇ ਕੀਤੇ ਗਏ ਸੀ? ਮਤਲਬ ਜੋ ਵਾਅਦੇ ਕੀਤੇ ਆ ਉਹ ਸਿਰਫ ਵੋਟਿੰਗ ਤੋਂ ਪਹਿਲਾਂ ਦੇ ਹੀ ਆ, ਬਾਅਦ ਵਿੱਚ ਤਾਂ ਕੋਈ ਵੀ ਇੰਪਲੀਮੈਂਟੇਸ਼ਨਸ ਤਾਂ ਨਹੀਂ, ਕੁਝ ਵੀ ਸ਼ੋਅ ਹੋਇਆ ਹੀ ਨਹੀਂ ਕਿ ਸਾਨੂੰ ਮਤਲਬ ਆਊਟਪੁੱਟ ਉਹ ਨਹੀਂ ਆਈ ਜੋ ਚੀਜ਼ ਉਹਨਾਂ ਨੇ ਕਹੀ ਸੀਗੀ। ਪੰਜਾਬ ਦੇ ਵਿੱਚ ਇਲੈਕਸ਼ਨਸ ਦਾ ਮਾਹੌਲ ਬਣਿਆ ਹੋਇਆ ਹੈ, ਬਹੁਤ ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਪਾਰਟੀ ਆਏਗੀ ਉਹ ਪਾਰਟੀ ਆਏਗੀ, ਪਰ ਜੇ ਗੱਲ ਕਰੀਏ ਕੁੜੀਆਂ ਦੀ ਤਾਂ ਕੁੜੀਆਂ ਤੋਂ ਅੱਜ ਅਸੀਂ ਜਾਣਾਂਗੇ ਕਿ ਆਖਰ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਆਉਣ ਵਾਲੀ ਹੈ ਅਤੇ ਉਹ ਕਿਹਨੂੰ ਸੋਚ ਕੇ ਵੋਟ ਪਾਉਂਦੇ ਨੇ, ਕਿ ਜਾਂ ਤਾਂ ਆਪਣੀ ਫੈਮਿਲੀ ਪ੍ਰੈਸ਼ਰ ਦੇ ਵਿੱਚ ਆ ਕੇ ਵੋਟ ਪਾਉਂਦੀਆਂ ਨੇ ਜਾਂ ਫਿਰ ਆਪਣੀ ਓਪੀਨੀਅਨ ਦੇ ਨਾਲ ਵੋਟ ਪਾਉਂਦੀਆਂ ਨੇ। ਸੋ ਆਓ ਕੁੜੀਆਂ ਨਾਲ ਗੱਲਬਾਤ ਕਰਦੇ ਹਾਂ, PAU ਵਿੱਚ ਮੌਜੂਦ ਹਾਂ, ਇੱਥੇ ਕੁੜੀਆਂ ਨਾਲ ਗੱਲਬਾਤ ਕਰਾਂਗੇ। ਸੋ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੀ ਕੀ ਰਾਏ ਹੈ ਇਲੈਕਸ਼ਨਸ ਦੇ ਉੱਪਰ। ਸੋ ਆਜੋ ਕੁੜੀਆਂ ਤੋਂ ਵੀ ਜਾਣੀਏ ਕਿ ਆਖਰ ਕਿਹਨਾਂ ਨੂੰ ਵੋਟ ਪਾਉਣੇ ਚਾਹੁੰਦੀਆਂ ਨੇ, ਕੀ ਲੱਗਦਾ ਇਸ ਵਾਰ ਕਿਹੜੀ ਪੋਲੀਟੀਕਲ ਪਾਰਟੀ ਇੱਥੇ ਆਉਣ ਵਾਲੀ ਹੈ? ਸੋ ਕੀ ਲੱਗਦਾ ਮੈਮ ਪਹਿਲਾਂ ਤੁਹਾਨੂੰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅੰਜਲੀ। ਓਕੇ, ਬਾਕੀ ਪਾਰਟੀਜ਼ ਭਗਵੰਤ ਮਾਨ ਦੀ ਤੇ ਇਸ ਟਾਈਮ ਤਾਂ ਨਹੀਂ ਆਊਗੀ। ਨਹੀਂ ਆਏਗੀ? ਨਹੀਂ। ਮਤਲਬ ਆਮ ਆਦਮੀ ਪਾਰਟੀ ਤੁਸੀਂ ਪਹਿਲਾਂ ਹੀ ਸਾਈਡ ਕਰਤੀ, ਲੁਧਿਆਣੇ ਦੀ ਗੱਲ ਕਰ ਰਹੇ ਹੋ ਤੁਸੀਂ? ਲੁਧਿਆਣੇ ਮੇ ਬੀ ਪੰਜਾਬ 'ਚ ਆਈ ਥਿੰਕ ਨਹੀਂ ਆਊਗੀ। ਓਕੇ, ਸੋ ਕੀ ਲੱਗਦਾ ਫਿਰ ਕੌਣ ਆਏਗਾ MP ਦੀ ਕੁਰਸੀ ਕਿਹਦੀ ਹੋਏਗੀ? ਲੈਟਸ ਸੀ, ਪਤਾ ਨਹੀਂ। ਅੱਛਾ, ਕਿਹੜੀਆਂ ਕਿਹੜੀਆਂ ਪਾਰਟੀਜ਼ ਨੇ ਇਹ ਤਾਂ ਪਤਾ ਨੇ? ਪੰਜਾਬ ਦੇ ਵਿੱਚ ਕਰ ਰਹੇ ਹੋ? ਇੱਕ ਤਾਂ ਕਾਂਗਰਸ, ਦੂਸਰੀ ਆਮ ਆਦਮੀ ਪਾਰਟੀ, ਔਰ ਇੱਕ ਕਿਹੜੀ ਪਾਰਟੀ ਆ ਸਕਦੀ ਹੈ? ਤੁਸੀਂ ਆਮ ਆਦਮੀ ਪਾਰਟੀ ਨੂੰ ਸਿੱਧਾ ਹੀ ਨੈਗਲੈਕਟ ਕਰਤਾ, ਇਸ ਲਿਸਟ ਤੋਂ ਬਾਹਰ ਕੱਢਤਾ, ਹੁਣ ਕਿਹੜੀ ਪਾਰਟੀ? ਮਤਲਬ ਇਹ ਨਹੀਂ ਕਿ ਚਾਂਸਿਸ ਹੈ ਵੀ ਹੈ ਨਹੀਂ ਵੀ ਹੈ, ਤੇ ਹੁਣ ਇਹ ਦੇਖੋ ਵੋਟਿੰਗ ਤੋਂ ਬਾਅਦ ਹੀ ਪਤਾ ਚੱਲੂਗਾ। ਠੀਕ ਹੈ, ਸੋ ਪਹਿਲਾਂ ਵੋਟ ਪਾਈਏ ਕਦੀ ਤੁਸੀਂ? ਹਾਂ। ਅੱਛਾ, ਆਪਣੀ ਮਰਜ਼ੀ ਨਾਲ ਪਾਈ ਹੈ, ਘਰਦਿਆਂ ਦੀ ਮਰਜ਼ੀ ਦੇ ਨਾਲ? ਨਹੀਂ, ਆਪਣੀ ਮਰਜ਼ੀ ਨਾਲ, ਫਰੀਡਮ ਆ ਕਿ ਜਿਹਨੂੰ ਤੁਸੀਂ ਪਾਉਣਾ ਚਾਹੋਗੇ ਤੁਸੀਂ ਪਾ ਸਕਦੇ ਆ ਜੀ। ਸੋ ਪਾਈ ਸੀ ਪਿਛਲੀ ਵਾਰ ਵੋਟ, ਸੇਮ ਕੈਂਡੀਡੇਟ ਨਹੀਂ ਪਾਉਣ ਵਾਲੇ ਹੋ, ਸੇਮ ਪਾਰਟੀ ਨਹੀਂ ਪਾਉਣ? ਨਹੀਂ ਨਹੀਂ, ਦੇਖੋ ਉਨਕੀ ਕਿਹਦੇ ਉਹਦੇ ਕੈਂਡੀਡੇਟ ਦੀ ਅਬਿਲਿਟੀ ਕਿੱਦਾਂ ਦੀ, ਫਿਰ ਉਹਦੇ ਅਕੋਰਡਿੰਗ ਵੋਟ ਪਾਉਂਗੇ। ਅੱਛਾ, ਮਤਲਬ ਆਪਣੇ ਓਪੀਨੀਅਨ ਦੇ ਨਾਲ ਹੀ ਤੁਸੀਂ ਵੋਟ ਪਾਉਣੀ? ਓਪੀਨੀਅਨ ਚੇਂਜ ਹੋ ਗਿਆ ਤੁਹਾਡਾ ਪਹਿਲਾਂ ਵਾਲੀ ਪਾਰਟੀ ਜਿਹਨੂੰ ਪਾਈ ਸੀ ਉਹਦੋਂ? ਹਾਂ, ਚੇਂਜ ਹੋ ਗਿਆ। ਚੇਂਜ ਮਤਲਬ ਚੇਂਜ ਹੈ ਕਿ ਹਾਂ ਨਹੀਂ ਪਾਉਂਗੇ, ਕਿ ਦੇਖੋ ਬਾਕੀ ਕਿ ਕਿਹੜਾ ਕੈਂਡੀਡੇਟ ਆ ਉਹਨਾਂ ਦੀ ਅਬਿਲਿਟੀ ਕਿੱਦਾਂ ਦੀ, ਉਹਦੇ ਅਕੋਰਡਿੰਗ ਵੋਟ ਪਾਉਂਗੇ। ਅੱਛਾ ਜੀ, ਹਾਂਜੀ, ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਆਏਗੀ? ਨੋ ਆਈਡੀਆ। ਨੋ ਆਈਡੀਆ, ਸੋ ਫਰਸਟ ਟਾਈਮ ਵੋਟ ਕਰਨ ਵਾਲੇ ਹੋ ਤੁਸੀਂ? ਫਰਸਟ ਟਾਈਮ। ਤੁਸੀਂ ਜਾਣਦੇ ਹੋ ਤੁਹਾਨੂੰ ਸਰਟੀਫਿਕੇਟ ਮਿਲੇਗਾ, ਤੁਹਾਡੇ ਲਈ ਕਲੈਪਿੰਗ ਵੀ ਹੋਏਗੀ। ਸੋ ਇਹ ਫਰਸਟ ਟਾਈਮ ਵੋਟ ਪਾਉਣ ਵਾਲੇ ਨੇ, ਇਹਨਾਂ ਦੀ ਕਲੈਪਿੰਗ ਤਾਂ ਬਣ ਗਈ ਯਾਰ। ਸੋ ਕੀ ਲੱਗਦਾ ਇਸ ਵਾਰ ਕੀ ਮਨ ਦੇ ਵਿੱਚ ਆ ਰਿਹਾ, ਵੋਟਰ ਕਾਰਡ ਬਣ ਗਿਆ ਪਹਿਲਾਂ ਦਾ? ਹਾਂਜੀ। ਕਿਹਨੂੰ ਸੋਚ ਰਹੇ ਹੋ ਵੋਟ ਪਾਉਣ ਦਾ? ਫਿਲਹਾਲ ਤਾਂ ਕੁਛ ਨਹੀਂ ਆ। ਨਹੀਂ, ਜਦ ਵੋਟਸ ਹੋਣਗੀਆਂ ਫਿਰ ਕੋਲ ਜਾ ਕੇ ਦੇਖ ਲਾਂਗੇ। ਨਹੀਂ, ਹੁਣ ਤੱਕ ਦਾ ਜੋ ਤੁਸੀਂ ਆਬਜ਼ਰਵ ਕੀਤਾ ਹੋਣਾ, ਕੀ ਲੱਗਦਾ ਕਿ ਕਿਹੜੀ ਪਾਰਟੀ ਕੰਮ ਕਰੇਗੀ? ਕੰਮ ਤਾਂ ਸਾਰਿਆਂ ਨੇ ਉਨਾ ਕੀ ਕਰਨਾ, ਆਪਣਾ ਵੀ ਪਿੱਛੋਂ ਕੀ ਕਹਿ ਸਕਦੇ ਆ ਹੁਣ। ਸੋ ਵੈਸੇ ਜੇ ਲੱਗਦਾ ਇਸ ਵਾਰ ਕਿਹੜੀ ਪਾਰਟੀ ਆ ਸਕਦੀ ਹੈ, ਚਲੋ ਇੱਕ ਓਪੀਨੀਅਨ ਦਾ ਦੇਖ ਜਾਓ, ਕਿਹੜੀ ਪਾਰਟੀ ਆ ਸਕਦੀ ਹੈ? ਬੀਜੇਪੀ ਆ ਸਕਦੀ ਹੈ। ਸੋ ਬੀਜੇਪੀ ਦਾ ਕੈਂਡੀਡੇਟ ਕੌਣ ਹੈ ਲੁਧਿਆਣੇ ਦਾ? ਰਵਨੀਤ ਸਿੰਘ ਬਿੱਟੂ। ਜੇ ਮੈਂ ਗੱਲ ਕਰਾਂ ਰਵਨੀਤ ਸਿੰਘ ਬਿੱਟੂ ਕਿਹੜੀ ਪਾਰਟੀ ਤੋਂ ਆਏ ਨੇ ਤੁਹਾਨੂੰ ਪਤਾ?
ਕਾਂਗਰਸ ਪਾਰਟੀ ਤੇ ਹੁਣ ਤੁਸੀਂ ਕਹਿ ਰਹੇ ਹੋ ਬੀਜੇਪੀ ਆਏਗੀ, ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ ਅਗਰ ਉਹ ਜਿੱਤ ਹੋਏ ਸੀ ਪਹਿਲਾਂ ਤਾਂ ਹੁਣ ਬੀਜੇਪੀ 'ਚ ਸ਼ਿਫਟ ਹੋਏ ਨੇ ਬੀਜੇਪੀ ਆਏਗੀ ਵਾਕਈ? ਲੋਕ ਖੁਸ਼ ਨੇ ਬੀਜੇਪੀ ਤੋਂ? ਰਮਨੀਤ ਸਿੰਘ ਬਿੱਟੂ ਆਈ ਡੋਂਟ ਨੋ, ਯੂ ਡੋਂਟ ਨੋ? ਓਕੇ, ਸੋ ਤੁਹਾਨੂੰ ਕੀ ਲੱਗਦਾ ਮੈਮ? ਦੇਖੋ ਬੋਲੋ ਜੀ ਕੀ ਲੱਗਦਾ, ਸ਼ਾਇਦ ਖੁਸ਼ ਨੇ ਉਹ, ਖੁਸ਼ ਨੇ? ਓਕੇ, ਸੋ ਤੁਹਾਨੂੰ ਕੀ ਲੱਗਦਾ ਪਾਰਟੀ ਕਿਹੜੀ ਆ ਸਕਦੀ ਹੈ? ਬੀਜੇਪੀ, ਬੀਜੇਪੀ, ਹਾਂਜੀ ਬੀਜੇਪੀ ਆਉਣੀ ਚਾਹੀਦੀ ਹੈ, ਬਿਕੋਜ਼ ਮੋਦੀ ਜੀ ਨੇ ਬਹੁਤ ਮਤਲਬ ਕੰਮ ਕੀਤਾ, ਅਸੀਂ ਤਾਂ ਸਿਰਫ ਸਪੋਰਟ, ਬੀਜੇਪੀ ਤਾਂ ਮੇਰੇ ਹਿਸਾਬ ਨਾਲ ਤਾਂ ਬੈਸਟ ਹੈ, ਬੀਜੇਪੀ ਬੈਸਟ ਹੈ। ਤਾਂ ਤੁਹਾਨੂੰ ਕੀ ਲੱਗਦਾ? ਬੀਜੇਪੀ, ਬੀਜੇਪੀ, ਹਾਂਜੀ। ਅੱਛਾ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਹੁਸ਼ਿਆਰਪੁਰ ਡਿਸਟ੍ਰਿਕਟ। ਹੁਸ਼ਿਆਰਪੁਰ, ਹਾਂਜੀ। ਹੁਸ਼ਿਆਰਪੁਰ ਤੋਂ ਕੌਣ ਆ ਸਕਦਾ? ਬੀਜੇਪੀ, ਬੀਜੇਪੀ, ਹਾਂਜੀ। ਕੁਛ ਨੇ ਬੀਜੇਪੀ ਦੇ ਕੰਮਾਂ? ਹਾਂਜੀ ਹਾਂਜੀ। ਅੱਛਾ, ਕੀ ਕੀ ਕੰਮ ਕੀਤੇ ਨੇ ਬੀਜੇਪੀ ਨੇ? ਫਿਲਹਾਲ ਤਾਂ ਪਤਾ ਨਹੀਂ ਹੈ, ਬੀਜੇਪੀ ਸਪੋਰਟਰ ਹਾਂ ਤੇ ਬੀਜੇਪੀ ਨੇ ਕੀ ਕੀਤਾ ਤੁਹਾਨੂੰ ਪਤਾ ਹੀ ਨਹੀਂ? ਨੋ ਆਈਡੀਆ। ਸੋ ਇਹਨਾਂ ਨੇ ਹੋਰ ਵੀ ਬਹੁਤ ਕੁਝ ਕਹਿਣਾ, ਇਹਨਾਂ ਤੋਂ ਪੁੱਛਦੇ ਹਾਂ ਆਖਿਰ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਜਿਵੇਂ ਕਿ ਸਰਕਾਰਾਂ ਨੇ ਮਤਲਬ ਕਿਰਾਏ ਵਗੈਰਾ ਫ੍ਰੀ ਕੀਤੇ, ਬਟ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਸਾਨੂੰ ਕਿਰਾਏ ਮਿਨੀਮਮ ਕਰ ਦਿਓ, ਮਿਨੀਮਮ ਪ੍ਰਾਈਸ ਕਰ ਦਿਓ, ਬਟ ਇਹ ਕਿ ਬਿਲਕੁਲ ਵੀ ਫ੍ਰੀ ਨਹੀਂ ਹੋਣਾ ਚਾਹੀਦਾ। ਬਿਲਕੁਲ ਫ੍ਰੀ ਦੇ ਨਾਲ ਤਾਂ ਬਹੁਤ ਸਾਰੇ ਇਹਦੇ ਡੀਮੈਰਿਟਸ, ਹਾਂ, ਗਲਤ ਫਾਇਦਾ ਉਠਾਉਂਦੇ ਹਨ, ਤਾਂ ਇਹ ਚੀਜ਼ ਗਲਤ ਹੈ ਕਿ ਤੁਸੀਂ ਪ੍ਰਾਈਸ ਹੀ ਘੱਟ ਕਰ ਦਿਓ ਕਿ ਹਾਂ ਸਭ ਕੁਛ ਬੈਲੈਂਸ ਬਣਿਆ ਰਹੇ। ਫ੍ਰੀ ਦੇ ਨਾਲ ਤਾਂ ਸਾਰਾ ਇਮਬੈਲੈਂਸ ਹੋ ਚੁੱਕਾ ਹੈ। ਦੱਸੋ ਮੈਨੂੰ ਕਿ ਕੀ ਲੱਗਦਾ ਕਿ ਸਿਰਫ ਕੁੜੀਆਂ ਦਾ ਕਿਰਾਇਆ ਘਟਣਾ ਚਾਹੀਦਾ ਯਾਰ? ਬਿਲਕੁਲ, ਇਹ ਤਾਂ ਕੋਈ ਸੈਂਸ ਹੀ ਨਹੀਂ ਕਿ ਕੁੜੀਆਂ ਦਾ, ਕਿਉਂਕਿ ਬੋਇਜ਼ ਵੀ ਤਾਂ ਇਕੁਅਲ ਜਾਂਦੇ ਹਨ, ਕਿ ਉਹ ਵੀ ਤਾਂ ਯੂਨੀਵਰਸਿਟੀਜ਼ ਜਾਂ ਸਕੂਲ 'ਚ ਪੜ੍ਹਦੇ ਆ, ਕਿ ਸਿਰਫ ਕੁੜੀਆਂ ਇਕੱਲੀਆਂ ਪੜ੍ਹਦੀਆਂ ਕਿ ਉਹਨਾਂ ਦਾ ਤੁਸੀਂ ਕਿਰਾਇਆ ਘੱਟ ਕਰ ਦਿਓ? ਇਹ ਚੀਜ਼ ਨਹੀਂ ਹੈ, ਤੁਸੀਂ ਦੋਨਾਂ ਦਾ ਕਿਰਾਇਆ ਰੱਖੋ, ਉਹਨੂੰ ਹੀ ਘਟਾ ਦਿਓ ਕਿ ਪ੍ਰੋਪਰ ਸਾਰਿਆਂ ਨੂੰ ਬੈਨੀਫਿਟ ਵੀ ਰਹੇ ਕਿ ਹਾਂ ਅਸੀਂ ਕਿਤੇ ਵੀ ਈਜ਼ੀਲੀ ਪੜ੍ਹ ਸਕੀਏ, ਜਾ ਸਕੀਏ। ਕਿਰਾਏ ਨੂੰ ਮਿਨੀਮਮ ਕਰ ਦਿਓ, ਫ੍ਰੀ ਤਾਂ ਨਹੀਂ ਕਰਨਾ ਚਾਹੀਦਾ ਸੀ। ਸੋ ਕੀ ਲੱਗਦਾ ਕਿ ਕਿਹੜੇ ਕਿਹੜੇ ਪਾਰਟੀਜ਼ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਹੁਣ ਤੱਕ, ਜੋ ਵਾਅਦੇ ਕੀਤੇ ਗਏ ਸੀ? ਮਤਲਬ ਜੋ ਵਾਅਦੇ ਕੀਤੇ ਆ ਉਹ ਸਿਰਫ ਵੋਟਿੰਗ ਤੋਂ ਪਹਿਲਾਂ ਦੇ ਹੀ ਆ, ਬਾਅਦ ਵਿੱਚ ਤਾਂ ਕੋਈ ਵੀ ਇੰਪਲੀਮੈਂਟੇਸ਼ਨਸ ਤਾਂ ਨਹੀਂ, ਕੁਝ ਵੀ ਸ਼ੋਅ ਹੋਇਆ ਹੀ ਨਹੀਂ ਕਿ ਸਾਨੂੰ, ਮਤਲਬ ਆਊਟਪੁੱਟ ਉਹ ਨਹੀਂ ਆਈ ਜੋ ਚੀਜ਼ ਉਹਨਾਂ ਨੇ ਕਹੀ ਸੀਗੀ। ਸੋ ਇਸ ਵਾਰ ਕੀ ਸੋਚ ਰਹੇ ਹੋ, ਕਿਹੜੀ ਪਾਰਟੀ ਨੂੰ ਪਾਉਣ ਵਾਲੇ ਹੋ ਵੋਟ? ਇਹ ਤਾਂ ਦੇਖੋ ਹੁਣ ਉੱਥੇ ਜਾ ਕੇ ਅਸੀਂ ਡਿਸਾਈਡ ਕਰਦੇ ਕਿ ਕਿੱਦਾਂ ਕਿਹਦੇ ਅਕੋਰਡਿੰਗ ਕਿਹਨੂੰ ਪਾਉਂਗੇ, ਬਾਕੀ ਆਪਣੀ ਮਰਜ਼ੀ ਨਾਲ ਹੀ ਪਾਉਂਗੇ। ਹਾਂ ਬਿਲਕੁਲ, ਆਪਣੀ ਮਰਜ਼ੀ। ਤੁਸੀਂ ਮੈਮ ਕੀ ਕਹਿਣਾ ਚਾਹੋਗੇ? ਪਹਿਲਾਂ ਮੈਂ ਨਾਮ ਦੱਸ ਦਿਓ। ਮੇਰਾ ਨਾਮ ਰੋਜ਼ਪ੍ਰੀਤ ਕੌਰ ਹੈ। ਰੋਜ਼ਪ੍ਰੀਤ, ਪਹਿਲਾਂ ਤਾਂ ਤੁਸੀਂ ਦੱਸੋ ਕਿ ਕੀ ਸੋਚਦੇ ਹੋ ਤੁਸੀਂ, ਪਾਰਟੀ ਹੁਣ ਆ ਰਹੀਆਂ, ਫਿਰ ਤੋਂ ਇਲੈਕਸ਼ਨਸ ਆ ਗਈਆਂ, ਉਹਨਾਂ ਬਾਰੇ ਕੀ ਸੋਚਦੇ ਹੋ? ਮੈਂ ਕੁਛ ਨਹੀਂ ਸੋਚਦੀ, ਬਸ ਸਾਰੇ ਇਹਨਾਂ ਦੀ ਪੋਲੀਟਿਕਸ ਆਪਸ ਵਿੱਚ ਹੀ ਚੱਲ ਰਹੀ ਆ, ਵੀ ਇਹ ਆਪਣਾ ਹੀ ਫਾਇਦਾ ਸੋਚ ਰਿਹਾ ਸਾਰੇ, ਵੀ ਉਹਦੇ ਵਿੱਚ ਲੋਕਾਂ ਦਾ ਫਾਇਦਾ ਨਹੀਂ ਸੋਚ ਰਿਹਾ। ਫਸਟ ਟਾਈਮ ਵੋਟ ਕਰ ਰਹੇ ਹੋ? ਫਸਟ ਟਾਈਮ। ਐਂਡ ਕੀ ਲੱਗਦਾ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਉਹ ਪੂਰੇ ਹੋ ਰਹੇ ਨੇ? ਦੇਖ ਹੀ ਰਿਹਾ ਸਭ ਨੂੰ ਕਿੰਨੇ ਕੁ ਪੂਰੇ ਹੋ ਰਹੇ ਨੇ, ਕੀ ਕਹਿਣਾ ਫਿਰ ਇਹਦੇ ਬਾਰੇ? ਸੋ ਕੀ ਲੱਗਦਾ ਪਾਰਟੀ ਕਿਹੜੀ ਆ ਸਕਦੀ ਹੈ ਇਸ ਵਾਰ? ਕੋਈ ਆਈਡੀਆ ਨਹੀਂ, ਕੋਈ ਆਈਡੀਆ ਨਹੀਂ। ਸੋ ਜੇ ਮੈਂ ਗੱਲ ਕਰਾਂ ਕਿ ਤੁਸੀਂ ਵੋਟ ਪਾਣੀ ਹੈ, ਫਸਟ ਟਾਈਮ ਪਾਣੀ ਹੈ, ਸੋ ਕਿਵੇਂ ਦੇਖ ਰਹੇ ਹੋ ਕਿ ਇਹ ਵੋਟਿੰਗ ਦਾ ਜਿਹੜਾ ਤੁਹਾਨੂੰ ਅਧਿਕਾਰ ਮਿਲਿਆ ਹੋਇਆ, ਕਿਹਦੇ ਨਾਲ ਫਾਇਦਾ ਹੋ ਰਿਹਾ ਕੁਛ? ਫਾਇਦਾ ਤਾਂ ਫਸਟ ਟਾਈਮ ਪਾ ਰਹੀ ਹਾਂ, ਫਿਰ ਵੀ ਪਤਾ ਲੱਗੂਗਾ ਕੀ ਫਾਇਦਾ ਜੀ। ਸੋ ਆਪਣੀ ਮਰਜ਼ੀ ਨਾਲ ਪਾ ਰਹੇ ਹੋ ਕਿ ਘਰ ਦੇ ਮਰਜ਼ੀ ਦੇ ਨਾਲ ਪਾਰਟੀ ਨੂੰ ਵੋਟ ਪਾਉਂਗੇ? ਨਹੀਂ ਨਹੀਂ, ਆਪਣੀ ਮਰਜ਼ੀ ਨਾਲ ਵੀ ਪਾ ਸਕਦੀ ਹਾਂ, ਫ੍ਰੀਡਮ ਸਕਦੇ ਆ। ਹਾਂਜੀ, ਫ੍ਰੀਡਮ ਹੈ ਪੂਰੀ। ਹਾਂਜੀ, ਵੈਸੇ ਅਗਰ ਮੈਂ ਫੈਮਿਲੀ ਬੈਕਗ੍ਰਾਉਂਡ ਤੋਂ ਗੱਲ ਕਰਾਂ, ਫੈਮਿਲੀ ਵਾਲਿਆਂ ਨੂੰ ਕੋਈ ਇੱਕ ਪਾਰਟੀ ਉਹਨਾਂ ਨੂੰ ਪਸੰਦ ਹੈ, ਜਾਂ ਫਿਰ ਕੋਈ ਮਤਲਬ ਪੱਕਾ ਹੈ ਕਿ ਉਹਨਾਂ ਦਾ ਵੀ ਇੱਦਾਂ ਹੀ ਹੈ ਕਿ ਜੋ ਮਨ ਕਰੇਗਾ ਉਹਨੂੰ ਪਾਉਣਾ? ਨਹੀਂ ਨਹੀਂ, ਇੱਕ ਹੀ ਹੈ। ਅੱਛਾ, ਠੀਕ ਹੈ, ਮਤਲਬ ਤੇ ਹੁਣ ਤੁਸੀਂ ਉਸੇ ਪਾਰਟੀ ਨੂੰ ਪਾਉਣ ਦਾ ਸੋਚ ਰਹੇ ਹੋ ਕਿਉਂਕਿ ਫੈਮਿਲੀ ਦਾ ਓਪੀਨੀਅਨ ਹੈ, ਜਾਂ ਫਿਰ ਆਪਣੀ ਅਲੱਗ ਕੋਈ ਸੋਚ ਹੈ ਤੁਹਾਡੀ? ਨਹੀਂ, ਮੈਂ ਉਸ ਨੂੰ ਨਹੀਂ ਪਾਉਂਗੀ, ਆਪਣੀ ਅਲੱਗ ਕੋਈ ਸੋਚੂਗੀ। ਸੋ ਕੁੜੀਆਂ ਨਾਲ ਗੱਲ ਕੀਤੀ ਹੈ ਬੜੀ, ਉਹਨਾਂ ਨੇ ਆਪਣੇ ਮਨਾਂ ਦੀ ਭੜਾਸ ਵੀ ਕੱਢੀ ਹੈ, ਪਰ ਜੇ ਗੱਲ ਕਰੀਏ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਿਹੜੀ ਪਾਰਟੀ ਸੁਣੇਗੀ ਵੋਟ ਅਸੀਂ ਉਹਨੂੰ ਹੀ ਪਾਵਾਂਗੇ, ਅਸੀਂ ਫੈਮਿਲੀ ਪ੍ਰੈਸ਼ਰ ਦੇ ਵਿੱਚ ਆ ਕੇ ਕਿਸੇ ਨੂੰ ਵੋਟ ਨਹੀਂ ਪਾਵਾਂਗੇ। ਸੋ ਤੁਸੀਂ ਵੀ ਆਪਣੀ ਰਾਏ ਸਾਨੂੰ ਜ਼ਰੂਰ ਦੱਸਿਓ ਅਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਤਾਂ ਮਨਜੋਤ, ਕੈਮਰਾਮੈਨ ਪ੍ਰਿੰਸ ਦੇ ਨਾਲ।